ਤੱਕ ਜੀ ਇੱਕ ਮਿੰਟ ਮੇਰੀ ਗੱਲ ਸੁਣੋ ਇੱਕ ਮਿੰਟ ਤੁਸੀਂ ਗੱਲ ਦਾ ਜਵਾਬ ਜ਼ਰੂਰ ਦੇਣਾ ਚਾਹੀਦਾ ਦੇਖੋ ਕਾਕਾ ਸਿੱਧੀ ਜੀ ਗੱਲ ਇਹ ਹੈ ਤਣੀ ਤੇ ਸਰੋਂ ਕਦੇ ਨਹੀਂ ਜਾਂਦੀ ਨਹੀਂ ਜਾਂਦੀ ਜਦੋਂ ਇਹ ਸਰਕਾਰ ਬਣੀ ਹੈ ਸਾਡੀ 34,000 ਕਰੋੜ ਰੁਪਇਆ ਜਿਹੜਾ ਖਜ਼ਾਨੇ ਸੀਗਾ ਚਾਕੇ ਸੁਖਬੀਰ ਹੋਣਾ ਨੇ ਸੈਂਟਰ ਨੂੰ ਦਿੱਤਾ ਤਨਖਾਹ ਦੇਣ ਵਾਸਤੇ ਪੈਸੇ ਨਹੀਂ ਹੈਗੇ ਨੌਕਰੀ ਕਿੱਥੋਂ ਦੇ ਸਕਦੇ ਇੱਕ ਮਿੰਟ ਮੇਰੀ ਗੱਲ ਸੁਣ ਲੈ ਨਹੀਂ ਜੀ ਵਾਅਦਾ ਕੀਤਾ ਜੀ ਵਾਅਦਾ ਕੀਤਾ ਜੀ ਵਾਅਦਾ ਕਰ ਨੂੰ ਵਾਅਦਾ ਕੀਤਾ ਜੀ ਵਾਅਦੇ ਦੇ ਨਿਤਰੋ ਨਾ ਮੇਰੇ ਵਾਅਦੇ ਦੇ ਨਿਤਰੋ ਗੱਲ ਇਹ ਹੈਗੀ ਹੈ ਜੀ ਜਦੋਂ ਵਾਅਦੇ ਤੇ ਨਹੀਂ ਨਿਤਰੇ ਆਪਾਂ ਜੀ ਉਹ ਕੋਈ ਨੀ ਗੱਲ ਜੀ ਸਪੋਰਟ ਤਾਂ ਕਿਸੇ ਨੂੰ ਵੀ ਨਹੀਂ ਅਸੀਂ ਕਰਦੇ ਨਾ ਅਕਾਲੀ ਨੂੰ ਕਰਦੇ ਨਾ ਕਾਂਗਰਸ ਨੂੰ ਕਰਦੇ ਨਾ ਝਾੜੂ ਵਾਲੇ ਨੂੰ ਕਰਦੇ ਵੀਡੀਓ ਕੈਮਰੇ ਲਾਈਵ ਰੱਖ ਲਈ ਮੈਂ ਉਹ ਕੋਈ ਗੱਲ ਨਹੀਂ ਵੀਰ ਜੀ ਉਹ ਕੋਈ ਨਹੀਂ ਭਾਈ ਅਸੀਂ ਕੋਈ ਸਪੋਰਟ ਕਰਨਾ ਜੀ ਸਪੋਰਟ ਪਾਰਟੀ ਹਾਂਜੀ ਹਾਂਜੀ ਹਰ ਤਰ੍ਹਾਂ ਜੋ ਸੰਸਾਦ ਦੀ ਅਗਵਾਈ ਹਾਂਜੀ ਹਾਂਜੀ ਉਹ ਪਾਰਟੀ ਸਪੋਰਟ ਹਰ ਪਾਰਟੀ ਸਪੋਰਟ ਕਰਦੇ ਆ ਜੀ ਬਾਕੀ ਪਤਾ ਕੀ ਚੱਕਰ ਹੈ ਤੁਸੀਂ ਕਿਹੜਾ 15 ਸਾਲ ਹੋ ਗਏ ਮੈਨੂੰ ਉਹ ਕੋਈ ਨਹੀਂ ਗੱਲ ਭਾਈ ਸਮਝੀ ਲਾਈ ਉਹ ਤਾਂ ਗੱਲ ਹੀ ਹੈ ਨੀ ਉਹਨਾਂ ਦੇ ਕਾਰੋਬਾਰ ਤਿੰਨ ਜਣੇ ਜੀ ਉਹਨਾਂ ਦੇ ਨੌ ਦੇ ਵੀ ਕਾਰੋਬਾਰ ਹਾਂਜੀ ਹਾਂਜੀ ਨੌ ਠੀਕ ਹੈ ਉਹਨਾਂ ਦੀ ਧੀ ਦਾ ਕਾਰੋਬਾਰ ਮਰ ਗਿਆ ਜੀ ਠੀਕ ਹੈ ਜੀ ਉਹ ਇਸ ਟਾਈਮ ਬੈਠਾ ਵੀ ਇਸ ਟਾਈਮ ਉਹਨਾਂ ਦੇ ਇੱਕ ਨਾ ਹੀ ਪੈਨਸ਼ਨ ਲੱਗੀ ਨਾ ਨਾ ਹਾਂਜੀ ਹਾਂਜੀ ਤੁਹਾਡਾ ਡਿਪਟੀ ਮੁੱਖ ਮੰਤਰੀ 10 ਸਾਲ ਰਿਹਾ ਤੁਸੀਂ ਕਦੇ ਇਹ ਗੱਲਾਂ ਉਹਨਾਂ ਨੇ ਕੀਤੀਆਂ ਨੇ ਉਹ ਤਾਂ ਹੁਣ ਤਾਂ ਹੀ ਪਾਰਟੀ ਜਵਾਨ ਕੀਤੀ ਜੀ ਤੁਸੀਂ ਵੋਟ ਪਾ ਕੇ ਆਪਣਾ ਨੁਮਾਇੰਦਾ ਭੇਜੋ ਦੇਖੋ ਕੰਮ ਇੱਧਰ ਵੇਖ ਉਹ ਮਿੱਤਰ ਅੱਜ ਕਾਂਗਰਸ ਪਾਰਟੀ ਨੇ ਅਧਿਕਾਰ ਦਿੱਤਾ ਜਿੰਨੇ ਮਰਜ਼ੀ ਲੀਡਰਾਂ ਵਿਰੁੱਧ ਬੋਲੋ ਬੋਲਦੇ ਇੱਥੋਂ ਪਾ ਕੇ ਨਹੀਂ ਉਹ ਕੋਈ ਗੱਲ ਨੀ ਬੋਲਾਂਗੇ ਉਹਨਾਂ ਵੀ ਬੋਲਾਂਗੇ ਆਣਗੇ ਤਾਂ ਵੀਰ ਜੀ ਬੋਲਾਂਗੇ ਸਭ ਕੁਝ ਕਰਾਂਗੇ ਖਾੜ ਸਾਹਿਬ ਜੀ ਉਹਨਾਂ ਦੀ ਉਹਨਾਂ ਸਾਨੂੰ ਵੀਰ ਜੀ ਨੇ ਫੋਨ ਕਰਿਆ ਸੀ ਜੋਸਰ ਸਾਹਿਬ ਦੀ ਅਗਵਾਈ ਦੇ ਕੰਮ ਕਰ ਰਹੇ ਜੀ ਠੀਕ ਹੈ ਪੂਰੀ ਸਪੋਰਟ ਕਰਦੇ ਆ ਜੀ ਇਹ ਗੱਲ ਨਹੀਂ ਜੀ ਕਿੰਨਾ ਗੋਲਡੀ ਕੰਬੋਜ ਨੂੰ ਪੁੱਛ ਲਿਆ ਜੀ ਬੂਟਾ ਮਾਰੇ ਵਾਲੇ ਦਾ ਠੀਕ ਹੈ ਜੋਸਰ ਸਾਹਿਬ ਨਾਲ ਉਹਨਾਂ ਦੀ ਗਵਾਹੀ ਦੇ ਅਸੀਂ ਸਪੋਰਟ ਕਰਾਂਗੇ ਜੀ ਖੁਦ ਸਾਡੇ ਸਰਪੰਚ ਸਾਹਿਬ ਹੈਗੇ ਨੇ ਬਾਕੀ ਜਿਹੜੀ ਗੱਲ ਨੇ ਸਾਡੀ ਵੀ ਸਾਡੀ ਅਪੀਲ ਉੱਥੇ ਤੱਕ ਪਹੁੰਚਾਓ ਨਾ ਜੀ ਕੈਪਟਨ ਸਾਹਿਬ ਇੱਥੇ ਆਣ ਜੀ ਉੱਥੇ ਗੱਡੀ ਨਹੀਂ ਚੱਲਣੀ ਉੱਥੇ ਗੱਡੀ ਨਹੀਂ ਚੱਲਣੀ ਗੱਲ ਸੁਣੋ ਜੀ ਤੇਰਾ ਕੈਪਟਨ ਨੂੰ ਹੱਥ ਮਿਲਾਇਆ ਕੰਮ ਚੱਲ ਜਾਏਗਾ ਨਹੀਂ ਜੀ ਨਹੀਂ ਕੈਪਟਨ ਸੀ ਕਹਿੰਦੇ ਸਵਾਲ ਜਵਾਬ ਬਾਜੀ ਸਵਾਲ ਜਵਾਬ ਕਰ ਰਹੇ ਸੀ ਬਹੁਤ ਇਹਨੇ ਸਾਡੇ ਗਰੀਬਾਂ ਦੀ ਕੋਈ ਗੱਲ ਸੁਣੀ ਜਾ ਗੱਲ ਸੁਣੀ ਜਾਵੇ ਸੁਖਬੀਰ ਆਪਣਾ ਅੱਗੇ ਨੀ ਕੁਛ ਸੁਣਾਂਗੇ ਜਰੂਰ ਗੱਲ ਨੂੰ ਟਾਈਮ ਰੱਖੋ ਵਿਹਲਾ ਟਾਈਮ ਰੱਖੋ ਘੰਟਾ ਡੇਢ ਸਾਰੀਆਂ ਗੱਲਾਂ ਜਵਾਬ ਵੀ ਦੇ ਕੇ ਜਾਏ ਜਿਹੜਾ ਕੰਮ ਹੋਣ ਵਾਲਾ ਮੌਕੇ ਤੇ ਵੀ ਕਰਾਂਗੇ ਜਿਹੜਾ ਨਹੀਂ ਹੋਣ ਵਾਲਾ ਤੁਹਾਨੂੰ ਠੋਕ ਕੇ ਜਵਾਬ ਵੀ ਸਾਡੀ ਮਜਬੂਰੀ ਸਾਡੇ ਭਰਾਵਾਂ ਨੂੰ ਜਵਾਨ ਜੀ ਅਸੀਂ ਕਹਿੰਦੇ ਸਾਡਾ ਅਸੀਂ ਤੁਹਾਨੂੰ ਦੱਸਣੀ ਗੱਲ ਸਾਨੂੰ ਕੋਈ ਮੁਸੀਬਤ ਹੈਗੀ ਅਸੀਂ ਤੁਹਾਨੂੰ ਦੱਸਣੀ ਗੱਲ ਦਿਨ ਚੜ੍ਹਨਾ ਕੱਲ ਦਿਨ ਚੜ੍ਹਨਾ ਮੈਂ ਉਹਨਾਂ ਦੇ ਨਾਲ ਅਸੀਂ ਪਹਿਲਾਂ ਕਾਲੀ ਸੀਗਾ ਜੀ ਉਹਨਾਂ ਦੀ ਅਗਵਾਈ ਹੇਠ ਮੈਂ ਕੰਮ ਕਰ ਰਿਹਾ ਜੀ ਜੋਸਰ ਸਾਹਿਬ ਦੀ ਅੱਜ ਤੱਕ ਜੀ ਇੱਕ ਮਿੰਟ ਮੇਰੀ ਗੱਲ ਸੁਣੋ ਇੱਕ ਮਿੰਟ ਗੱਲ ਦਾ ਜਵਾਬ ਜ਼ਰੂਰ ਦੇਣਾ ਚਾਹੀਦਾ ਦੇਖੋ ਕਾਕਾ ਸਿੱਧੀ ਜੀ ਗੱਲ ਇਹ ਹੈ ਤਣੀ ਤੇ ਸਰੋਂ ਕਦੇ ਨਹੀਂ ਜਾਂਦੀ ਨਹੀਂ ਜਾਂਦੀ ਜਦੋਂ ਇਹ ਸਰਕਾਰ ਬਣੀ ਹੈ ਸਾਡੀ 34,000 ਕਰੋੜ ਰੁਪਇਆ ਜਿਹੜਾ ਖਜ਼ਾਨੇ ਸੀਗਾ ਚਾਕੇ ਸੁਖਬੀਰ ਹੋਣਾ ਨੇ ਸੈਂਟਰ ਨੂੰ ਦਿੱਤਾ ਤਨਖਾਹ ਦੇਣ ਵਾਸਤੇ ਪੈਸੇ ਨਹੀਂ ਹੈਗੇ ਨੌਕਰੀ ਕਿੱਥੋਂ ਦੇ ਸਕਦੇ ਇੱਕ ਮਿੰਟ ਮੇਰੀ ਗੱਲ ਸੁਣ ਲੈ ਨਹੀਂ ਜੀ ਵਾਅਦਾ ਕੀਤਾ ਜੀ ਵਾਅਦਾ ਕੀਤਾ ਜੀ ਵਾਅਦਾ ਕਰ ਨੂੰ ਵਾਅਦਾ ਕੀਤਾ ਜੀ ਵਾਅਦੇ ਦੇ ਨਿਤਰੋ ਨਾ ਮੇਰੇ ਵਾਅਦੇ ਦੇ ਨਿਤਰੋ ਗੱਲ ਇਹ ਹੈਗੀ ਹੈ ਜੀ।